ਕੀ ਕਰੀ ਜਾਂਦਾ? ਪੱਠੇ ਪਾਉਣ ਲੱਗਦਾ ਸੀ ਕਿਵੇਂ, ਅੱਜ ਕਿਵੇਂ ਛਾਪਾ ਮਾਰ ਲਿਆ। ਮੈਂ ਚੱਲ ਦੇਖਦੇ ਹਾਂ ਤੈਨੂੰ ਜਾ ਕੇ, ਤੂੰ ਮੈਨੂੰ ਤਾਂ ਲੱਗਦਾ ਨਹੀਂ ਮੈਂ ਕੰਮ ਕੁੰਮ ਕਰਦਾ ਹੋਏਗਾ ਯਾਰ। ਫੇਸਬੁੱਕ ਨਹੀਂ ਚਲਾਉਂਦਾ ਨਾਲੇ ਤੂੰ? ਫੇਸਬੁੱਕ ਚੱਲਦੀ ਆ, ਹਾਂ ਵੀਡੀਓ ਤੂੰ ਵੇਖਣਾ ਤਾਂ ਤੇ ਮੋਨੀਟਾਈਜ਼ ਤਾਂ ਤੇਰਾ ਪੇਜ ਹੋ ਗਿਆ। ਹਾਂ ਛੱਡ ਪਰਾਂ ਇਹ ਤੋਂ ਕੀ ਲੈਣਾ ਹੈ, ਕਹਿੰਦੇ ਨਾਲੇ ਕੰਮ ਨਹੀਂ ਵਧੀਆ ਪਸ਼ੂਆਂ ਵਾਲਾ। ਪਸ਼ੂਆਂ ਵਾਲਾ ਹਾਂ, ਇਹ ਤਾਂ ਯਾਰ ਐਂ ਕਰਦੇ ਆ ਵੀ ਇਹਨੇ ਹੁਣ ਵੇਲਾ ਸੰਗਲਾਂ ਦੇ ਵਿੱਚ ਕੁੰਡੀਆਂ ਪਾਈਆਂ, ਹਿੱਲ ਨਹੀਂ ਸਕਦੇ ਇਹ ਪੈਸੇ। ਹਾਂ ਫੇਸਬੁੱਕ ਦਾ ਵੀ ਪਤਾ, ਅੱਜ ਬੰਦ ਕਰ ਦੇਣ ਪਰ ਦੁੱਧ ਕਿੱਥੋਂ ਪੀਵਾਂਗੇ। ਇਹ ਵੀ ਗੱਲ ਸਹੀ ਆ, ਸਹੀ ਆ। ਆਪਣਾ ਰੀਅਲ ਬਿਜ਼ਨਸ ਆ ਯਾਰ, ਮੈਂ ਅੱਗੇ ਵੀਡੀਓ ਪਾਈ ਸੀ ਵੀ ਰੀਅਲ ਬਿਜ਼ਨਸ ਆ ਆਪਣਾ ਜਿਹੜਾ ਖੇਤੀ ਦਾ ਤੇ ਪਸ਼ੂਆਂ ਦਾ ਨਾ ਵਿਰਸਾ ਆਪਣਾ। ਆਪਣਾ ਵਿਰਸਾ ਤੈਨੂੰ ਮੈਂ ਕੱਲ ਗੱਲ ਵੀ ਸੁਣਾਈ ਸੀਗੀ, ਕੈਨੇਡਾ ਦੇ ਵਿੱਚੋਂ 45 ਸਾਲ ਲਾ ਕੇ ਆਏ ਆ। ਠੀਕ ਆ, ਇੱਕ ਪਰਿਵਾਰ ਕੋਰੇ ਵਾਲੇ ਦਾ। ਹਾਂ ਹਾਂ, ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਆ ਉੱਥੇ। ਹਾਂ ਟ੍ਰਾਂਸਪੋਰਟ ਆਪਦੀ ਆ। ਹਾਂ ਤੇ ਇੱਧਰ ਆ ਕੇ ਪਸ਼ੂ ਰੱਖੇ ਆ ਬੰਦਿਆਂ ਨੇ, ਪੱਠੇ ਆਪ ਪਾਉਂਦੇ ਆ, ਸਕੂਲ ਵੀ ਖੋਲਿਆ ਐਂ ਤਾਂ। ਅੱਛਾ ਜਿਹਨਾਂ ਦਾ ਠੀਕ ਆ, ਖੇਤੀ ਵੀ ਆਂਦੇ ਆਪ ਕਰਨੀ ਆ ਹੁਣ। ਹਾਂ ਲੋਕ ਜੁੜਨਗੇ ਹੌਲੀ ਹੌਲੀ ਵੈਸੇ ਨਾ, ਜਿਵੇਂ ਜਿਵੇਂ ਉਹੀ ਗੱਲ ਮੱਛੀ ਪੱਥਰ ਚੱਟ ਕੇ ਮੁੜਦੀ ਉਵੇਂ ਉਵੇਂ। ਹਾਂ ਹੁਣ ਉੱਧਰ ਵੀ ਉਹੀ ਹਾਲ ਆ, ਕਹਿੰਦੇ ਕੰਮ ਹੈ ਨਹੀਂ। ਕੰਮ ਤਾਂ ਯਾਰ ਦੇਖ ਬਈ, ਜਿਹਨੇ ਕਰਨਾ ਉਹਦੇ ਵਾਸਤੇ ਇੱਧਰ ਵੀ ਹੈਗਾ ਤੇ ਉੱਧਰ ਵੀ ਹੈਗਾ, ਜਿਹਨੇ ਨਹੀਂ ਕਰਨਾ। ਬਸ ਐ ਆ ਵੀ ਪੈਸਾ ਥੋੜਾ ਜਿਹਾ ਵੱਧ ਆ ਆਪਣੇ, ਕਰੰਸੀ ਜ਼ਿਆਦੇ ਆ ਬਈ। ਹਾਂ ਵੀ ਪੈਸਾ ਚੰਗਾ ਬਣ ਜਾਂਦਾ, ਕਰੰਸੀ ਜ਼ਿਆਦੇ ਆ ਆਪਣੇ। ਨਾਰਮਲ ਆਪਣੇ ਨਾਰਮਲ ਬੰਦੇ ਦੀ ਤਨਖਾਹ ਆਪਾਂ 10,000 ਰੁਪਏ ਤੇ ਬੰਦਾ ਲੱਗਦਾ ਨਹੀਂਗਾ, ਤੇ ਉੱਧਰ 10,000 ਰੁਪਏ ਤੂੰ ਮੈਨੂੰ ਕਿਸੇ ਦੀ ਵੀ ਤਨਖਾਹ ਦਿਖਾ ਦੀ ਇੱਧਰੋਂ ਗਏ ਦੀ, ਉੱਧਰ 2-3 ਠੀਕ ਹੈ ਨਾ। ਹਾਂ 200 ਰੁਪਇਆ ਦਿਹਾੜੀ ਜਿਹਨੂੰ, $200 ਬਾਈ, ਇੰਨਾ ਵੀ ਜਦੋਂ ਪੈਸਿਆਂ ਚ ਕਨਵਰਟ ਹੁੰਦੇ ਆ ਉਦੋਂ ਐਂ ਲੱਗਦਾ ਵੀ ਬਹੁਤ ਪੈਸੇ ਬਣ ਗਏ, ਚੰਗੇ ਬਣ ਜਾਂਦੇ ਉੱਧਰ। ਹੁਣ 200 ਰੁਪਏ ਨਾਲ ਬਹੁਤ ਕੁਝ ਆ ਜਾਂਦਾ। ਹਾਂ ਮਹਿੰਗਾਈ ਹੈ ਨਹੀਂ ਨਾ, ਆਪਣੇ 500 ਦਿਹਾੜੀ ਆ ਅਸਲ 'ਚ। ਮੇਨ ਤਾਂ ਯਾਰ ਬਸ ਆਪਣਾ ਸਿਸਟਮ ਸਰਕਾਰਾਂ ਦਾ ਚੱਕਰ ਪੈਂਦਾ ਸਾਰਾ, ਵੀ ਇੱਧਰ ਰੁਜ਼ਗਾਰ ਦੇਣ ਤਾਂ ਸਾਰਾ ਕੁਛ ਹੀ ਹੋ ਜੇ। ਬਾਕੀ ਯਾਰ ਆਪਣੇ ਲੋੜਾਂ ਦੇ ਹਿਸਾਬ ਨਾਲ ਆਪਾਂ ਨੂੰ ਇੱਧਰ ਵੀ ਸੈੱਟ ਆ। ਹਾਂ ਜਿਹਦੇ ਕੋਲ 10-12 ਕਿੱਲੇ ਪੈਲੀ ਹੈਗੀ ਆ, ਹਾਂ ਉਹ ਘਰੇ ਕੰਮ ਕਰੇ। ਹਾਂ ਆਪਦਾ ਯਾਰ ਹੋਰ ਕੀ ਚਾਹੀਦਾ, ਕੀ ਚਾਹੀਦਾ ਉਹਨੂੰ। ਹਾਂ ਉਹ ਤਾਂ ਬਹੁਤ ਧੱਕੇ ਆ, ਕੱਲ ਮਨਿੰਦਰ ਦਾ ਫੋਨ ਆਇਆ ਨਾ, ਕਿੱਟਾਂ ਪਾ ਕੇ ਮਗਰ ਨਾਲ ਕੰਮ ਭਾਲਦੇ ਫਿਰਦੇ ਆ। ਦੱਸ ਲੈ ਟਹਿਲਗਿਰੀ 'ਚ ਵੀ ਲੈ ਦੱਸ, ਤੇ ਸਰੀ ਸੁਰੀ ਦੇ ਵਿੱਚ ਤਾਂ ਜਮਾਂ ਹੀ ਬੁਰਾ ਹਾਲ ਆ। ਨਹੀਂ ਤੇਰੀ ਹੁਣ ਕੀ ਰਾਇ ਆ ਲੋਕਾਂ ਨੂੰ ਕਾਦੇ ਪਸ਼ੂਆਂ ਪਿੱਛੇ? ਹਾਂ ਪਸ਼ੂ ਤਾਂ ਰੱਖਣੇ ਚਾਹੀਦੇ ਆ ਪਸ਼ੂ। ਮੈਂ ਤਾਂ ਬਾਈ ਮੈਂ ਕਹਿੰਦਾ ਵੀ ਮੈਂ ਜਿਹਦੇ ਘਰੇ ਜਾਂਦਾ ਮੇਰੇ ਕੋਲੇ ਮੰਨ ਕੇ ਚੱਲੋ, ਜਿਹੜੇ ਘਰਾਂ ਦੇ ਮੇਰੇ ਵੇਖਣ 'ਚ ਜਿਨ੍ਹਾਂ ਦੇ 10-10, 15-15 ਪਸ਼ੂ ਸੀਗੇ ਆਪਣੇ ਨੇੜੇ ਤੇੜੇ, 2-2 ਰਹਿ ਗਿਆ, ਕਹਿੰਦੇ ਇਹ ਵੀ ਨਹੀਂ ਰੱਖਣੇ। ਆਖੇ ਮੁੱਲ ਦੁੱਧ ਲਿਆ ਕਰਨਾ, ਲਿਆ ਕਦੇ ਮੁੱਲ ਦੁੱਧ ਤੁਸੀਂ? ਆਪਾਂ ਵੈਸੇ ਜ਼ਿਆਦੇ ਤਾਂ ਬਾਹਲੇ ਸਿਆਣੇ ਤਾਂ ਹੈ ਨਹੀਂ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਹਾਂ ਵੀ ਆਹ ਰੋਡ ਕੱਡੇ ਕੱਡੇ ਬਣੀ ਜਾਂਦੇ ਆ। ਹਾਂ ਗੁਜਰਾਤ ਤੋਂ ਲੈ, ਹਾਂ ਹਾਂ ਹਾਂ, ਇਹ ਸਾਰੇ ਪਾਕਿਸਤਾਨ ਵੇਚਦੇ ਅਰਬ ਕੰਟਰੀਆਂ ਨੂੰ ਜੋੜਨੇ ਆ। ਚਲੋ ਜਿੱਦਾਂ ਵਪਾਰ ਚੱਲ ਪਿਆ ਆਪਣੇ ਪੰਜਾਬ ਦਾ, ਦੁੱਧ ਦਾ ਰੇਟ ਵੇਖ ਲਈ ਤੇ ਪਾ ਲਾਂਗਾ ਵੇਖ ਲਈ। ਕੇਰਾਂ ਜਿਹੜੀਆਂ ਜ਼ਮੀਨਾਂ ਹੁਣ ਆਪਾਂ ਕਹਿੰਦੇ ਨਾ ਵੀ 40 ਲੱਖ ਨੂੰ ਹੋ ਗਿਆ ਵੇਚ ਦਿਓ, ਕਰੋੜ ਨੂੰ ਉਹ ਕਰੋੜ ਰੁਪਈਆ ਦਿੱਤਾ ਉਹ ਰੋਡ ਦਿੱਤਾ, ਕੁਛ ਸੋਚ ਕੇ ਹੀ ਦੇਈ ਜਾਂਦੇ ਆ ਉਹ। ਉਹਨਾਂ ਨੂੰ ਪਤਾ ਉਹਨਾਂ ਨੇ ਕਬਜ਼ਾ ਹੀ ਫੇਰ ਕਰਨਾ ਯਾਰ, ਪੈਸੇ ਨਾਲ ਹੀ ਸੂਤ ਆਉਣੇ ਆ ਲੋਕ। ਸੈਲਰ ਲੱਗੀ ਜਾਂਦੇ ਆ, ਹਾਂ ਪੈਸੇ ਨੇ ਹੁਣ ਆਪਣੇ ਆ ਸੈਲਰ ਲੱਗਿਆ, 4 ਲੱਗੇ ਨਾ, ਲਾਈਟ ਕਿੰਨੀ ਕਿ ਆਉਂਦੀ ਆ ਹਜੇ ਗਰਮੀ 'ਚ, ਦੇਖੀ ਕੀ ਹਾਲ ਹੋਣਾ। ਚਲੋ ਲਾਈਟ ਦਾ ਛੱਡ, ਵੀ ਮਤਲਬ ਆਪਾਂ ਮੇਨ ਚੀਜ਼ ਸਮਝੋ ਯਾਰ, ਵੀ ਇੱਥੇ ਦੁੱਧ ਦਾ ਤੇ ਜਿਹੜਾ ਫਸਲ ਦਾ ਨਾ ਪੂਰਾ ਸਿਰਾ ਲੱਗ ਜਾਣਾ ਕਿਸੇ ਦਿਨ। ਹਾਂ 10-15 ਸਾਲਾਂ ਨੂੰ, 15 ਸਾਲਾਂ ਨੂੰ ਰੇਟ ਵਧਨੇ ਆ। ਕੇਰਾਂ ਆਪਾਂ ਨੂੰ ਜ਼ਰੂਰ ਸਰਕਾਰ ਅਸਲ 'ਚ ਨਾ ਯਾਰ ਲਿਆਊਗੀ, ਜਮਾਂ ਥੱਲੇ ਡਿੱਗ ਪਏ ਪੈਲੀਆਂ, ਰੇਟ ਹੈ ਨਹੀਂ, MSP ਖਤਮ ਹੋ ਗਈ, ਜਿਵੇਂ ਦੁੱਧ ਦੇ ਰੇਟ ਹੁਣ ਕਿੰਨੇ ਘੱਟ ਗਏ ਘੱਟ ਗਏ। ਹਾਂ ਇੱਕੇ ਦਾ ਵੀ ਛਾਲ ਵੱਜਣਾ, ਮੈਂ ਬਚੇ ਰਹੋ ਯਾਰ, ਮੈਂ ਕੁਛ ਨਾ ਯਾਰ ਘਰੇ ਤਾਂ ਤੁਹਾਡੇ ਤੋਂ ਹੈਗਾ ਨਾ ਦੁੱਧ ਪੀਣ ਨੂੰ। ਹਾਂ ਹੈਗਾ, ਹੈਗੀ ਆ ਰੇ ਵੀ ਹੈਗੇ, ਹੋਰ ਕੀ ਚਾਹੀਦਾ। ਹਾਂ ਘੱਟੋ ਘੱਟ ਦੁੱਧ ਤਾਂ ਪਿਓਰ ਮਿਲਦਾ ਆਪਾਂ ਨੂੰ, ਦੁੱਧ ਪਿਓਰ ਮਿਲਦਾ। ਹਾਂ ਬਾਕੀ ਯਾਰ ਕਰਮ ਵਾਲੀਆਂ ਹੁਣ ਆਪਾਂ ਨੂੰ ਕੱਟੀਆਂ ਝੋਟੀਆਂ, ਹੁਣ ਆਪਣੇ 2-3 ਤਿਆਰ ਹੋਈਆਂ ਖੜੀਆਂ, ਮੱਝ ਤਾਂ ਆਪਣੇ ਆਹ ਹੀ ਸੀ ਮੇਨ ਜਿਹੜੀ ਤੇਰੇ ਮਗਰ ਖੜੀ ਹੈ, ਤੇ ਹੁਣ ਆਹ 3 ਕੱਟੀਆਂ ਬਾਈ ਕੋਲੇ ਦੇਖ ਲਓ, ਲੈ ਆਹ 3 ਝੋਟੀਆਂ ਆਪਦੀਆਂ ਘਰ ਦੀਆਂ ਤਿਆਰ ਹੈ, ਆਹ ਦੇਖ ਲਓ ਆਹ 75-77 ਦਾ ਟੀਕਾ ਭਰਿਆ ਸੀਗਾ, ਇਹ 3 ਮਹੀਨਿਆਂ ਦੀ ਗੱਭਣ ਹੋ ਗਈ ਹੈ ਝੋਟੀ, ਤੇ ਵੇਖ ਲਓ ਤੁਸੀਂ ਇਹਦੀ ਉਮਰ ਹਜੇ 1.5-2 ਸਾਲ ਆ ਬਾਈ, ਹੈ ਨਾ 2 ਸਾਲ 3 ਮਹੀਨਿਆਂ ਦੀ ਇਹ ਗੱਭ ਹੋ ਗਈ ਹੈ ਦੇਖ ਲਓ ਤੁਸੀਂ, ਤੇ ਆਪਾਂ ਕਿਵੇਂ ਕਹਿ ਸਕਦੇ ਵੀ ਪਸ਼ੂ ਕੁਛ ਦਿੰਦੇ ਨਹੀਂ ਯਾਰ। 3,000 ਮਹੀਨੇ ਦਾ ਇਹਦਾ ਮੰਨ ਲਾ ਤੂੰ ਵੀ ਖਾਂਦੀ ਹੋਊਗੀ, ਖਾਂਦੀ ਹੋਊਗੀ 70 ਰੁਪਏ ਲਾ ਲਾ ਡੇਲੀ। ਹਾਂ ਇਹ 3 ਸਾਲਾਂ ਦੀ ਸੂ ਪੈਣਾ, ਇਹਨੇ ਸੂ ਪੈਣਾ 70,000 ਦਾ ਖਾ ਗਈ, ਮੰਨ ਖਾ ਗਈ। ਹਾਂ ਤੇ 75,000 ਚ ਕੋਈ ਮੈਨੂੰ ਇਹ ਜੀ ਮਸ਼ੀਨਰੀ ਲਿਆ ਕੇ ਵਿਖਾ ਦੇ, 1,00,000 ਚ ਵੀ ਨਹੀਂ ਮਿਲਣੀ ਗੀ। ਹਾਂ ਵੀ 2 ਟੋਕਰੇ ਪੱਠਿਆਂ ਦੇ ਸਿੱਟੇ, 12 ਕਿਲੋ ਦੁੱਧ ਕੱਢ ਲਿਆ, 12 ਕਿਲੋ ਦੁੱਧ ਕੱਢ ਲਿਆ। ਹਾਂ ਉਹੀ ਆ ਨਾ, ਹਰੇਕ ਚੀਜ਼ ਕੰਮ ਆਉਂਦੀ, ਗੋਹਾ ਇਹਨਾਂ ਦਾ ਕੰਮ ਆਉਂਦਾ। ਹਾਂ ਆਪਣੇ ਲੱਗਿਆ ਉਹੀ ਆ ਨਾ, ਤੇ ਰੋਟੀਆਂ ਦਾ ਵਧੀਆ ਸਰੀ ਜਾਂਦਾ, ਸਰੀ ਜਾਂਦਾ। ਹਾਂ ਪਾਣੀ ਤੱਤਾ ਕਰ ਲਈਦਾ, ਤੇ ਪਾਥੀਆਂ ਦਾ ਸਰੀ ਜਾਂਦਾ ਵਧੀਆ। ਨਹੀਂ ਹੁਣ ਤੇਰੀ ਰਹਿ ਇਹੀ ਆ ਲੋਕਾਂ ਨੂੰ ਵੀ ਯਾਰ, ਪਸ਼ੂਆਂ ਚ ਨਹੀਂ ਆਪਾਂ ਨੂੰ ਛੱਡਣਾ ਚਾਹੀਦਾ ਪਸ਼ੂ, ਜਿਵੇਂ ਹੁਣ ਲੋਕ ਛੱਡੀ ਜਾਂਦੇ ਆ। ਨਾ ਨਾ
ਯਾਰ ਲੱਗਦਾ ਵੀ ਘੰਟਾ ਤੜਕੇ ਘੰਟਾ ਹਾਂ ਤੜਕੇ ਫਿਰ ਆਪਾਂ ਜਾਣੇ ਕਿੰਨੇ ਆ ਜਾਣੇ ਆ ਘਰੇ ਫ੍ਰੀ ਦਾ ਦੁੱਧ ਮਿਲੀ ਜਾਂਦਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਯਾਰ ਭੁੱਲ ਜਾਂਗੇ ਤੂੰ ਵਿਹਲਾ ਬੈਠਾ ਰਹੇ ਪੈਂਦੀਆਂ ਹੋਰ ਟੈਨਸ਼ਨਾਂ ਹੀ ਆਈ ਜਾਣ ਟੈਨਸ਼ਨਾਂ ਹੀ ਤੁਰੀਆਂ ਆਉਂਦੀਆਂ ਉਹੀ ਗੱਲ ਹੈ ਇਹਨਾਂ ਨਾਲ ਯਾਰ ਬੰਦੇ ਨੂੰ ਟਾਈਮ ਸਪੈਂਡ ਕਰਨਾ ਚਾਹੀਦਾ ਘੰਟਾ ਦੋ ਘੰਟੇ ਉਹੀ ਆ ਨਾ ਬਾਈ ਬਾਕੀ ਬਾਈ ਯਾਰ ਕੀ ਸੋਚ ਬਣਾਓ ਯਾਰ ਸਾਰੇ ਅਤੇ ਵੀਡੀਓ ਸ਼ੇਅਰ ਕਰਿਓ ਜੇ ਬਾਈ ਚੰਗੀ ਲੱਗੀ ਤਾਂ ਇਹ ਤਾਂ ਨੋਰਮਲ ਗੱਲਾਂ ਕਰਕੇ ਵੀਡੀਓ ਪਾਈ ਆ ਕੋਈ ਵੀਡੀਓ ਪਾਉਣ ਦੇ ਮਕਸਦ 'ਚ ਮੈਂ ਆਇਆ ਨਹੀਂ ਸੀ ਅਤੇ ਮੈਨੂੰ ਲੱਗਿਆ ਵੀ ਚੱਲ ਬਾਈ ਤੋਂ ਪੁੱਛਦੇ ਹਾਂ ਜਿਵੇਂ ਹੁਣ ਬਾਈ ਦਾ ਪੇਜ ਚੱਲੀ ਜਾਂਦਾ ਫੇਸਬੁੱਕ 'ਤੇ ਮੋਨੀਟਾਈਜ਼ ਹੋਇਆ ਨਹੀਂ ਇਹਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਇਹ ਵੀ ਦੋ ਤਿੰਨ ਕਿਲੋ ਦੁੱਧ ਲੈ ਗਿਆ ਆਪਦਾ ਆਰਾਮ ਨਾਲ ਕੱਪੜੇ ਪਰ ਹੋਰ ਨੌਲੇਜ ਦੇ ਦਈਏ ਆਪਾਂ ਜਿਹੜੇ ਵੀਡੀਓ ਸੁਣੀ ਜਾਂਦੇ ਚੱਲ ਵੀਡੀਓ ਵੈਸੇ ਲੰਮੀ ਹੋ ਗਈ ਹਾਂਜੀ ਵੀ ਫੇਸਬੁੱਕ ਅਤੇ ਯੂਟਿਊਬ ਹਾਂਜੀ ਬਹੁਤ ਵਧੀਆ ਯਾਰ ਇਹ ਪਲੇਟਫਾਰਮ ਆ ਪੈਸਾ ਕਮਾਉਣ ਦਾ ਠੀਕ ਹੈ 50-60 ਹਜ਼ਾਰ ਯੂਟਿਊਬ ਤੋਂ ਨਹੀਂ ਛੱਡਦਾ ਬੰਦਾ ਹਾਂ ਹਾਂ ਅਤੇ 40,000 ਰੁਪਈਆ ਨੋਰਮਲੀ ਤੈਨੂੰ ਕਿੰਨੇ ਪੈਸੇ ਆਉਣ ਲੱਗ ਗਏ ਬਾਈ ਪੈਸੇ ਜਿਹੜੇ ਮੇਰੇ ਯਾਰ ਵੈਸੇ ਮੈਂ ਚੱਲ ਅੱਜ ਤੈਨੂੰ ਦੱਸ ਦਿੰਦਾ ਪਹਿਲਾਂ ਮੈਂ ਨਹੀਂ ਗੱਲ ਕੀਤੀ ਗੀ ਯੂਟਿਊਬ 'ਤੇ ਮੇਰੇ ਫੇਸਲੈਸ ਵਾਲੇ ਚੈਨਲ ਚੱਲਦੇ ਆ ਅੱਛਾ ਦੋ ਚੈਨਲ ਚੱਲਦੇ ਆ ਅੱਛਾ ਮੈਨੂੰ ਵੀ ਨਹੀਂ ਦੱਸਿਆ ਤੂੰ ਹੈ ਨਹੀਂ ਦੱਸਿਆ ਅੱਜ ਦੱਸਿਆ ਪਹਿਲੀ ਵਾਰੀ ਠੀਕ ਹੈ ਅਤੇ ਰੁਪਈਆ 92-93 ਹਜ਼ਾਰ ਆ ਜਾਂਦਾ ਅੱਛਾ ਤੇ ਹੁਣ ਫੇਸਬੁੱਕ ਵਾਲਾ ਵੀ ਮੋਨੀਟਾਈਜ਼ ਹੋ ਗਿਆ ਇਧਰੋਂ ਵੀ ਸ਼ੁਰੂ ਹੋ ਗਿਆ ਹੈ ਨਾ ਵਾਲਾ ਸ਼ੁਰੂ ਹੋ ਗਿਆ ਹਾਂ ਤੈਨੂੰ ਪਤਾ ਹੀ ਤੈਨੂੰ ਤਾਂ ਬਹੁਤ ਦੱਸਿਆ ਹੀ ਮੈਂ ਟੂਲਾਂ ਟਾਲਾਂ ਖੋਲ ਲਾਂ ਹਾਂ ਆ ਜਾਣਗੇ ਇਹ ਵੀ ਹੁਣ ਇਹਦਾ ਯਾਰ ਕੰਮ ਕਰਨ ਦੇ ਸਿਰ ਤੇ ਆ ਇਹ ਬਾਈ ਫੇਸਬੁੱਕ ਯੂਟਿਊਬ ਬਾਰੇ ਨਾ ਬਾਈ ਨੂੰ ਬਹੁਤ ਨੌਲੇਜ ਆ ਤੇ ਅਸੀਂ ਸੋਚਿਆ ਵੀ ਯਾਰ ਬਾਈ ਸਿਖਾਵਾਂਗੇ ਗੁਰਦੁਆਰੇ ਇੱਕਦਮ ਨਾ ਹੋਕਾ ਦੇ ਕੇ ਕਲਾਸਾਂ ਲਾਉਣੀਆਂ ਬਾਈ ਮੈਨੂੰ ਕਹਿੰਦਾ ਸੀਗਾ ਤੇ ਅਸੀਂ ਕਰਾਂਗੇ ਰਹਿ ਤੇ ਜਿਹੜੇ ਬੰਦਿਆਂ ਦਾ ਬਈ ਹੋਇਆ ਕੋਈ ਮਾਣ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਬਾਈ ਆ ਪਸ਼ੂਆਂ ਵਾਲੇ ਵਿਸ਼ੇ ਲਈ ਜ਼ਰੂਰ ਧਿਆਨ ਦਿਓ ਭਰਾਵੋ ਕਿਉਂ ਇਹੀ ਆਪਣਾ ਵਿਰਸਾ ਇਹਨੂੰ ਭੁੱਲ ਕੇ ਬਾਹਰ ਬੂਹਰ ਜਾਣ ਦੇ ਚੱਕਰਾਂ 'ਚ ਨਾ ਪਓ ਚਲੋ ਠੀਕ ਹੈ ਜਿਹਨੇ ਬਾਹਰ ਜਾਣਾ ਇੱਥੇ ਭੁੱਖ ਹੈ ਨਹੀਂ ਜਾਣਾ ਹੈਗਾ ਪਰ ਪਸ਼ੂ ਨਾ ਰੱਖ ਕੇ ਵੀ ਕੋਈ ਐਂ ਹੈ ਨਹੀਂ ਗਾ ਵੀ ਭੁੱਖ ਬਣ ਜੂਗਾ ਜਾਂ ਯਾਰ ਪਸ਼ੂ ਚੀਜ਼ ਚੰਗੀ ਨੀਗੀ ਇੱਕ ਨਾ ਮੈਂ ਤੇ ਡਾਕਟਰ ਰਾਇ ਕਰਦੇ ਸੀ ਬਾਈ ਵੀ ਜਿੰਨੇ 15-20 ਹਜ਼ਾਰ ਦੀ ਕੋਈ ਨੌਕਰੀ ਹੈ ਸਾਰੇ ਮੈਂ ਨਾ ਨੌਕਰੀਆਂ ਛੱਡ ਜਾਣਗੇ ਡਾਕਟਰ ਹਾਂ 15-20 ਹਜ਼ਾਰ ਤੇ ਲੱਗੇ ਨਾ ਪ੍ਰਾਈਵੇਟ ਹਾਂਜੀ ਹਾਂਜੀ ਆਪਾਂ ਕਲਾਸਾਂ ਲਾਵਾਂਗੇ ਗੁਰਦੁਆਰਾ ਸਾਹਿਬ ਕੋਈ ਦਿਨ ਰੱਖ ਲੈਨੇ ਆ ਹਾਂ ਸਾਰਿਆਂ ਨੂੰ ਪੂਰੀ ਨੌਲੇਜ ਦੇਵਾਂਗੇ ਕਿਉਂਕਿ ਆਪਾਂ ਦਾ ਇਹ ਚ ਪੀਐਚਡੀ ਕਰ ਲਈ ਯਾਰ ਕਰ ਲਈ ਹਾਂ ਤੈਨੂੰ ਤਾਂ ਪਤਾ ਹੀ ਹੈ ਬਈ ਸਾਰਾ ਹੁਣ ਇਹ ਚੀਜ਼ ਦਾ ਪਤਾ ਹੈ ਹਾਂ YouTube ਦਾ Facebook ਦਾ ਹਾਂ ਤੇ ਕਲਾਸਾਂ ਲਾ ਕੇ ਸਾਰਿਆਂ ਨੂੰ ਦੱਸਾਂਗੇ ਉਹੀ ਹੈ ਨਾ ਇਸ ਤਰ੍ਹਾਂ ਯਾਰ ਆਪਾਂ ਆਪਦਾ ਕੰਟੈਂਟ ਚਲਾਉਣਾ ਇਸ ਤਰ੍ਹਾਂ ਪੈਸਾ ਕਮਾਉਣਾ 3-4 ਮਹੀਨੇ ਚ ਬੰਦਾ ਪੈਸਾ ਕਮਾਉਣ ਲੱਗ ਜਾਂਦਾ ਯਾਰ ਲੱਗ ਜਾਂਦਾ ਹਾਂ ਤੇ ਤੁਸੀਂ ਭੁੱਲ ਜਾਓਗੇ ਨੌਕਰੀਆਂ ਨਾਕਰੀਆਂ ਦਾ ਯਾਰ ਕਿੰਨੇ ਬੇਰੁਜ਼ਗਾਰ ਹੁਣ ਸਾਹਿਬ ਤੁਰੇ ਫਿਰਦੇ ਹਨ ਹਾਂ ਉਹੀ ਗੱਲ ਹੈ ਨਾ ਤੇ ਕੋਈ ਨਹੀਂ ਪਰਮਾਤਮਾ ਕਰੂਗਾ ਭਲੀ ਆਪਾਂ ਭਲਾ ਹੀ ਕਰਨਾ ਸਾਰਿਆਂ ਹਾਂ ਠੀਕ ਹੈ ਬਾਈ ਜੀ ਵੀਡੀਓ ਸ਼ੇਅਰ ਕਰਿਓ ਜੇ ਜ਼ਰੂਰ ਚੰਗੀ ਲੱਗੇ ਤਾਂ ਠੀਕ ਹੈ ਜੀ ਧੰਨਵਾਦ